ਸੋ ਜਦੋਂ ਤੁਸੀਂ ਕਿਹਾ ਓਬਵੀਅਸਲੀ ਕਿ ਹੈ ਨਾ ਤੁਸੀਂ ਕਿਸੇ ਸਿੱਧੂ ਨੂੰ ਬਹੁਤ ਸੁਣਦੇ ਹੋ ਲੋਕੀ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਕਹਿ ਰਹੇ ਕਿ ਛੋਟਾ ਸਿੱਧੂ ਹੈ ਨਾ ਸ਼ਾਇਦ ਇਹ ਸਾਡੇ ਵਿੱਚ ਜਿਹੜਾ ਹੈ ਵਾਪਸ ਆ ਗਿਆ ਹੈ ਨਾ ਸੋ ਉਹ ਜਦੋਂ ਇਦਾਂ ਦੇ ਕੰਪੈਰੀਜ਼ਨ ਹੁੰਦੇ ਉਸ ਵੇਲੇ ਕਿੰਨਾ ਵਧੀਆ ਫੀਲ ਹੁੰਦਾ ਜਾਂ ਕੀ ਚੀਜ਼ਾਂ ਫੀਲ ਹੁੰਦੀਆਂ ਵਧੀਆ ਤਾਂ ਫੀਲ ਹੁੰਦਾ ਪਰ ਮੈਨੂੰ ਨਹੀਂ ਲੱਗਦਾ ਮੈਂ ਉਹਨੂੰ ਕਦੀ ਟੱਕਰ ਦੇ ਪਾਉਂਗਾ ਕਿਉਂਕਿ ਮੇਰੀ ਤਾਂ ਉਹ ਆਪ ਇਨਸਪੀਰੇਸ਼ਨ ਹੈ ਮੈਂ ਨਹੀਂ ਚਾਹੁੰਦਾ ਵੀ ਮੈਂ ਮੈਨੂੰ ਲੋਕੀ ਉਹਦੇ ਵਰਗਾ ਸਮਝਣ ਮੈਂ ਤਾਂ ਚਾਹਨਾ ਮੈਨੂੰ ਹਰਸ਼ ਲਖਾਰੀ ਸਮਝੋ ਕਿਉਂਕਿ ਉਹਦੇ ਵਰਗਾ ਕੋਈ ਬਣ ਨਹੀਂ ਸਕਦਾ ਹੂੰ ਹੂੰ ਸਿੱਧੂ ਸਿੱਧੂ ਹੀ ਸੀ ਆਬਵੀਅਸਲੀ ਉਹ ਸੀ ਯਾਰ ਮੈਨੂੰ ਲੱਗਦਾ ਅੱਜ ਵੀ ਅੱਜ ਵੀ ਜਦੋਂ ਗਾਣੇ ਸਿੱਧੂ ਦੇ ਰਿਲੀਜ਼ ਹੋ ਰਹੇ ਆ ਹੈਨਾ ਉਹ ਚਾਹੇ ਸਾਡੇ ਵਿੱਚ ਫਿਜ਼ੀਕਲੀ ਨਹੀਂ ਹੈ ਬਟ ਇੱਕ ਉਹ ਸੋਲ ਜਿਹੜੀ ਆ ਹਮੇਸ਼ਾ ਇੱਥੇ ਰਹੇਗੀ ਔਰ ਉਹ ਸਾਡੇ ਦਿਲਾਂ ਦੇ ਵਿੱਚ ਹੈਨਾ ਆਬਵੀਅਸਲੀ ਉਹ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਬਟ ਮੈਨੂੰ ਲੱਗਦਾ ਕਿ ਇੱਕ ਪ੍ਰਾਊਡ ਮੂਮੈਂਟ ਵੀ ਹੁੰਦਾ ਜਦੋਂ ਸਿੱਧੂ ਵਰਗੇ ਇੰਨੇ ਵੱਡੇ ਕਲਾਕਾਰਾਂ ਦੇ ਨਾਲ ਜਦੋਂ ਇੱਕ ਛੋਟੇ ਬੱਚੇ ਨੂੰ ਜਦੋਂ ਹੈਨਾ ਕਰ ਰਿਹਾ ਮੈਨੂੰ ਲੱਗਦਾ ਤੁਹਾਡੇ ਕੰਮ ਨੂੰ ਵੇਖ ਕੇ ਲੋਕੀ ਜਿਹੜੇ ਆ ਉਹ ਕਮੈਂਟ ਕਰਦੇ ਹੁੰਦੇ ਆ ਏ ਵੀ ਡਰ ਰਹਿੰਦਾ ਕਿ ਯਾਰ ਕੀ ਕੋਈ ਬੈਡ ਕਮੈਂਟ ਨਾ ਆਵੇ ਕਮੈਂਟ ਸਾਰੀ ਰੀਡ ਕਰਦੇ ਹਾਂ ਜਾਂ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਨਹੀਂ ਡਿਲੀਟ ਤਾਂ ਮੈਂ ਕਰਦਾ ਹੀ ਨਹੀਂ ਕੋਈ ਨਹੀਂ ਅਵੋਇਡ ਕਰਨ ਦੀ ਕੋਸ਼ਿਸ਼ ਕਰਦਾ ਉਹ ਐਡ ਕਰਦਾ ਕਰਦੇ ਹੋ ਕਿਉਂਕਿ ਮੈਨੂੰ ਪਿਆਰ ਦੇਣ ਵਾਲੇ ਲੋਕ 90% ਨੇ ਤੇ ਹੇਟ ਕਰਨ ਵਾਲੇ 10% ਮੇਰੀ ਚੜ੍ਹਾਈ ਕਿੱਦਾਂ ਹੁੰਦੀ ਹੈ ਜਿਹੜੇ ਮੇਰੇ ਹੇਟਰ ਨੇ ਉਹੀ ਮੇਰੀ ਚੜ੍ਹਾਈ ਕਰਾਉਂਦੇ ਨੇ ਮੈਨੂੰ ਟਰੋਲ ਕਰਦੇ ਨੇ ਉਹੀ ਮੇਰੀ ਵੀਡੀਓਜ਼ ਵੀ ਸ਼ੇਅਰ ਕਰਦੇ ਨੇ ਤੇ ਕੁਝ ਜ਼ਿਆਦਾਤਰ ਪੇਜ ਵਾਲੇ ਨੇ ਜਿਹੜੇ ਪੇਜ ਵਾਲੇ ਮੇਰੀ ਵਧੀਆ ਵੀਡੀਓਜ਼ ਪਾਉਂਦੇ ਨੇ ਮਸਾਂ ਹੀ ਇੱਕ ਦੋ ਪੇਜ ਹੋਣਗੇ ਜਿਹੜੀ ਮੈਨੂੰ ਮੈਨੂੰ ਟ੍ਰੋਲ ਕਰਦੇ ਹਾਂ ਪਰ ਜਿਹੜੇ ਮੈਨੂੰ ਟ੍ਰੋਲ ਵੀ ਕਰਦੇ ਨੇ ਕਰ ਤਾਂ ਮੇਰੀ ਪ੍ਰੋਮੋਸ਼ਨ ਰੇ ਨੇ ਫਿਰ ਉਸ ਕਰਕੇ ਦੁੱਖ ਵੀ ਨਹੀਂ ਲੱਗਦਾ ਜਦੋਂ ਇਹ ਟ੍ਰੋਲਿੰਗ ਸਟਾਰਟ ਹੋਈ ਉਸ ਟਾਈਮ ਕਿਉਂਕਿ ਉਮਰ ਬਹੁਤ ਛੋਟੀ ਹੈ ਤੁਹਾਡੀ ਹਰਸ਼ ਜੀ ਹੈ ਨਾ ਜਦੋਂ ਟ੍ਰੋਲਿੰਗ ਸਟਾਰਟ ਹੋਈ ਇੱਕ ਬੱਚੇ ਦੇ ਦਿਮਾਗ ਦੇ ਉੱਤੇ ਬਹੁਤ ਅਸਰ ਪੈਂਦਾ ਹੁੰਦਾ ਹੈ ਕਿ ਯਾਰ ਮੈਨੂੰ ਕਿਉਂ ਟ੍ਰੋਲ ਕਰ ਰਹੇ ਤੁਸੀਂ ਕੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਰੀਜ਼ਨ ਹੈ ਕਿ ਟ੍ਰੋਲ ਕਰ ਰਹੇ ਆ ਕਦੇ ਵੀ ਨਹੀਂ ਕਿਉਂਕਿ ਜਿਹਨੇ ਹੁਣ ਇਹ ਗੱਲ ਪੱਕੀ ਹੁੰਦੀ ਹੈ ਵੀ ਹੇਟਰਾਂ ਕਰਕੇ ਹੀ ਸਪੋਰਟ ਮਿਲਦੀ ਹੈ ਸਾਨੂੰ ਜਿਹੜਾ ਇੱਕ ਜੇ ਚਾਰ ਬੰਦੇ ਹੇਟ ਕਰ ਰਹੇ ਆ ਤੇ ਸਪੋਰਟ ਕਰਨ ਵਾਲੇ ਵੀ 100 ਬੰਦੇ ਪਿੱਛੇ ਖੜੇ ਨੇ ਤੇ ਉਸ ਚੀਜ਼ ਦਾ ਫਰਕ ਨਹੀਂ ਪੈਂਦਾ ਕੋਤਾ ਅੱਛਾ ਸਕੂਲ ਦੇ ਵਿੱਚ ਹੁਣ ਕਿਦਾਂ ਦਾ ਮਾਹੌਲ ਹੈ ਕਿਉਂਕਿ ਇੱਕ ਆਬਵੀਅਸਲੀ ਇੱਕ ਫੇਮ ਜਿਹੜਾ ਹੈ ਹਰਸ਼ ਨੂੰ ਮਿਲਿਆ ਲੋਕੀ ਪਸੰਦ ਕਰਦੇ ਪੇजेस ਕਾਫੀ ਤੁਹਾਨੂੰ ਜਿਹੜਾ ਸ਼ੇਅਰ ਕਰ ਰਹੇ ਆ ਸੋਸ਼ਲ ਮੀਡੀਆ ਤੇ ਤੁਸੀਂ ਦਿਖ ਰਹੇ ਹੋ ਸੋ ਸਕੂਲ ਵਾਲੇ ਜਿਹੜੇ ਨਹੀਂ ਵੀ ਜਾਣਦੇ ਸੀ ਹੁਣ ਜਾਣਦੇ ਆ ਹਰਸ਼ ਨੂੰ ਹਰਸ਼ ਨੂੰ ਮਿਲਣ ਆਉਂਦੇ ਆ ਕੀ ਮੈਸੇਜਸ ਆਉਂਦੇ ਆ ਉਹਨਾਂ ਦੇ ਜਾਂ ਕੀ ਗੱਲਾਂ ਕਰਦੇ ਆ ਹਾਂਜੀ ਸਕੂਲਾਂੋਂ ਮੈ ਆ ਆਹੀ ਹਫਤੇ ਦੇ ਵਿੱਚ ਮੇਰਾ ਫੇਅਰਵੈਲ ਹੋਇਆ ਸੀਗਾ ਅੱਛਾ ਤੇ ਫੇਅਰਵੈਲ 12th ਕਲਾਸ ਦਾ ਸੀਗਾ ਮੈਂ ਹਲੇ +1 ਕਲਾਸ ਵੱ ਦੇ ਵਿੱਚ ਤੇ 9th 10th +1 +2 ਨੂੰ ਬੁਲਾਇਆ ਸੀਗਾ ਤੇ ਉੱਥੇ ਮੇਰੇ ਤੋਂ ਗਾਣਾ ਗਵਾਇਆ ਸੀ ਉਹਨਾਂ ਨੇ ਕਿਹਦਾ ਵਾਲਾ ਜੱਟ ਦਾ ਗਲੂ ਅੱਛਾ ਜੱਟ ਦਾ ਗਲੂ ਤੇ ਮੈਂ ਗਾਣਾ ਗਾਇਆ ਤੇ ਜਿਹੜੀ ਸਾਡੇ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਨੂੰ ਇੰਨਾ ਵਧੀਆ ਲੱਗਾ ਉਹ ਕਹਿੰਦੇ ਦੁਬਾਰਾ ਗਾ ਦੇ ਇੱਕ ਵਾਰੀ ਅੱਛਾ ਹਾਂਜੀ ਉਹ ਚੀਜ਼ ਬੜੀ ਵਧੀਆ ਲੱਗੀ ਮੈਂ ਕਹਾਂ ਉਹ ਸਹੀ ਹੈ ਜੇ ਪ੍ਰਿੰਸੀਪਲ ਨੂੰ ਪਸੰਦ ਆ ਰਿਹਾ ਮੈਂ ਮੈਮ ਕਿਹਾ ਸਰ ਹੈ ਮੈਮ ਨੇ ਅੱਛਾ ਮੈਮ ਪਸੰਦ ਕਰੇ ਤਾਂ ਫਿਰ ਆਬਵੀਅਸਲੀ ਹੈ ਨਾ ਤੇ ਬੱਚੇ ਵੀ ਸਾਰੇ ਵੀਡੀਓਜ਼ ਬਣਾਉਣ ਲੱਗ ਗਏ ਅਸੀਂ ਦੋ ਬੱਚਿਆਂ ਨੇ ਗਾਇਆ ਉਹ ਮੁੰਡੇ ਦੇ ਪਿੱਛੇ ਕੋਈ ਬੀਟ ਵੀ ਨਹੀਂ ਸੀ ਉਹਨੇ ਨੋਰਮਲ ਗਾਇਆ ਯਾਰੀ ਦੇ ਉੱਤੇ ਜਿਵੇਂ ਗਾਣਾ ਗਾਉਂਦੇ ਜਦੋਂ ਮੈਂ ਗਾਇਆ ਨਾ ਮਤਲਬ ਕਰਾਊਡ ਜਿਆ ਹੋ ਗਿਆ ਸੀ ਮੈਨੂੰ ਉਹ ਇੰਨੀ ਵਧੀਆ ਫੀਲ ਆਈ ਨਾ ਪਰ ਚਲੋ ਮੇਰੇ ਦੋਸਤਾਂ ਦਾ ਵੀ ਪਿਆਰ ਹੀ ਹੈ ਇਸ 'ਚ ਸਕੂਲ ਦੇ ਦੋਸਤ ਨੇ ਜਿਹੜੇ ਉਹ ਸਪੋਰਟ ਕਰਦੇ ਆ ਕੰਫੀਡੈਂਸ ਮੈਨ ਲੱਗਦਾ ਉਸ ਟਾਈਮ ਤੇ ਵਧ ਵੀ ਜਾਂਦਾ ਹੈ ਜਦੋਂ ਜਦੋਂ ਲੋਕੀ ਹੈ ਨਾ ਨਾਲ ਤੁਹਾਡੇ ਹੂਟਿੰਗ ਕਰਨੀਆਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ